ਤੁਹਾਡਾ ਸ਼ੁਭ ਨਾਮ ਜੀ? ਕੇਵਲ ਜੀ। ਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਵੀ ਆਹ ਜਿਹੜਾ ਕੂੜਾ ਕਟ ਗਾ ਬੰਦ ਹੋਣਾ ਚਾਹੀਦਾ ਜੀ ਨਾਲਾ ਜੀ। ਇੱਥੇ ਦੋ ਕੁੜੀਆਂ ਅੱਗੇ ਮਰ ਗਈਆਂ, ਅੱਜ ਮੈਂ ਡਿੱਗ ਗਿਆ ਜੀ ਇੱਥੇ ਜੀ ਜੀ। ਤੇ ਮੇਰੇ ਬੱਚੇ ਦਾ ਮੈਨੂੰ ਖਤਰਾ ਜੀ, ਆ ਮੇਰਾ ਘਰ ਕੋਲ ਆ ਜੀ ਬਿਲਕੁਲ ਹੀ ਜੀ ਜੀ। ਤੇ ਮੈਨੂੰ ਬੱਚਿਆਂ ਦਾ ਖਤਰਾ, ਕੁੱਤੇ ਕਾਂ ਜੋ ਵੀ ਇੱਥੇ ਕੋਈ ਮਰਿਆ ਸਿੱਟ ਜਾਂਦਾ ਜੀ। ਇੱਥੇ ਮੁਸ਼ਕ ਦਾ ਘਰ ਆ ਜੀ, ਬਹੁਤ ਜ਼ਿਆਦਾ ਬਿਮਾਰੀ ਦਾ ਕੰਮ ਆ ਜੀ, ਬਹੁਤ ਜ਼ੋਰ ਹੈ। ਇੱਥੇ ਕੋਈ ਹਾਦਸਾ ਹੋਰ ਵੀ ਹੋਇਆ? ਹਾਂਜੀ, ਸਾਈਕਲ 'ਤੇ ਵੀ ਇੱਕ ਬੰਦਾ ਵਿੱਚੋਂ ਕੱਢਿਆ ਜੀ, ਅਸੀਂ ਆਹ ਲਾਹੌਰੀਏ ਕੱਢਦੇ ਹਾਂ ਜੀ, ਜੋ ਗਾਈਆਂ ਜੋ ਕੁੱਤੇ ਮਰੇ ਸਾਰੇ ਆਹ ਲਾਹੌਰੀਏ ਕੱਢਦੇ ਹਾਂ ਜੀ ਜੇਸੀਬੀ ਨਾਲ। ਕੋਈ ਇੱਥੇ ਜਿੱਦਾਂ ਅਸੀਂ ਦੇਖ ਰਹੇ ਹਾਂ ਡੰਗਰਾਂ ਨੂੰ ਜਾਂ? ਹਾਂ, ਡੰਗਰ ਵੀ ਇੱਥੇ ਜੀ, ਜਿੰਨੇ ਵੀ ਆਉਂਦੇ ਸਾਰੇ ਕੂੜੇ 'ਤੇ ਆਉਂਦੇ ਡੰਗਰ ਜੀ। ਕੁੱਤਿਆਂ ਨੂੰ ਖੁਰਕ ਪਈ ਆ, ਖੁਰਕ ਵਾਲੇ ਕੁੱਤੇ ਦੇਖੋ ਜੀ ਕਿੰਨੇ ਆ ਜੀ ਜੀ। ਹਾਂਜੀ, ਉਹ ਆਪਣਾ ਆਹ ਦੇਖੋ ਜੀ, ਆ ਮੈਂ ਡਿੱਗਿਆ, ਆਹ ਦੇਖੋ ਜੀ ਜੀ, ਆਹ ਵੇਖੋ ਭਾਜੀ ਹੁਣੇ ਆ, ਮੈਂ ਸਾਈਡ ਮਾਰ ਕੇ ਗੱਡੀ ਵਾਲਾ ਇੱਧਰ ਮੈਂ ਨਾਲੇ 'ਚ ਡਿੱਪਿਆ ਜੀ ਜੀ। ਹਾਂਜੀ, ਤੁਹਾਡਾ ਸ਼ੁਭ ਨਾਮ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਮੈਂ ਮੱਲਾ ਹਾਥੀ ਖਦਨਾ ਦੇ ਵਸਨੀਕ 48 ਨੰਬਰ ਵਾਰਡ ਦਾ। ਕੀ ਕਹਿਣਾ ਚਾਹੁੰਦੇ ਹੋ? ਸਰ ਮੈਂ ਕਹਿਣਾ ਚਾਹੁੰਦਾ ਕਿ ਬੜੀਆਂ ਅਸੀਂ ਬਹੁਤ ਸਰਕਾਰਾਂ ਪੁਰਾਣੀਆਂ ਦੇਖ ਚੁੱਕੇ ਹਾਂ, ਹਰ ਸਰਕਾਰ ਨੇ ਜਿਹੜੀ ਵੀ ਸਰਕਾਰ ਇੱਥੇ ਆਈ ਆ, ਸਾਡੇ ਇਸ ਗੰਦੇ ਜਿਹੜਾ ਨਾਲਾ ਵਾ ਇਹਦਾ ਕੋਈ ਹੱਲ ਨਹੀਂ ਹੋਇਆ। ਅਸੀਂ ਨਗਰ ਨਿਗਮ ਨੂੰ, ਕਾਰਪੋਰੇਸ਼ਨ ਨੂੰ, ਆਪਣੇ ਪ੍ਰਸ਼ਾਸਨ ਨੂੰ ਵੀ ਬੜੀ ਵਾਰੀ ਇਹਦੇ ਵਾਸਤੇ ਕਿਹਾ ਗਿਆ ਇਹਨੂੰ ਬੰਦ ਕਰਨ ਬਾਰੇ, ਪਰ ਕੋਈ ਸੁਣਵਾਈ ਨਹੀਂ ਹੋਈ ਅੱਜ ਤੱਕ ਸਾਡੀ ਜੀ। ਇਹਦੇ ਵਿੱਚ ਬਹੁਤ ਸਾਰੀਆਂ ਸਰ ਦੇਖ ਕੇ ਮੌਤਾਂ ਹੋ ਚੁੱਕੀਆਂ ਵਾ। ਥੋੜ੍ਹਾ ਸਮਾਂ ਪਹਿਲਾਂ ਸ਼ਾਇਦ ਇੱਥੇ ਪਤਾ ਹੋ ਸਾਰੇ ਲੋਕਾਂ ਨੂੰ ਕਿ ਇੱਥੇ 3 ਲੜਕੀਆਂ ਦੀ ਮੌਤ ਹੋ ਚੁੱਕੀ, ਗੱਡੀ ਸਿੱਧੀ ਨਾਲੇ ਵਿੱਚ ਡਿੱਗੀ ਸੀ। ਅੱਛਾ ਜੀ, ਠੀਕ ਹੈ। ਹੋਰ ਵੀ ਬਹੁਤ ਸਾਰੀਆਂ ਆਈ, ਸਾਡੇ ਮੇਰੇ ਨਾਲ ਸਰਦਾਰ ਕੁਲਦੀਪ ਸਿੰਘ ਲਾਹੌਰੀਆ ਸਾਹਿਬ, ਇਹਨਾਂ ਦੀ JCB ਮਸ਼ੀਨ ਦੇ ਨਾਲ ਅਸੀਂ ਪਤਾ ਨਹੀਂ ਕਿੰਨੇ ਕੁ ਡੰਗਰ ਸਰ ਇੱਥੇ ਜਿਹੜੇ ਡਿੱਗੇ ਉਹ ਕੱਢ ਚੁੱਕੇ ਹੁਣ ਤੱਕ ਜੀ ਜੀ ਜੀ। ਔਰ ਕੀ ਕਾਰਨ ਆ ਜਿਹੜਾ ਸਮੇਂ ਦੀਆਂ ਸਰਕਾਰਾਂ ਨੇ ਹਜੇ ਤੱਕ ਤੁਹਾਡੀ ਮੰਗ ਨਹੀਂ ਪੂਰੀ ਕੀਤੀ? ਸਰ ਅਸੀਂ ਤਾਂ ਸਰ ਇਹੋ ਸਮਝਦੇ ਹਾਂ ਕਿ ਅਸੀਂ ਇੱਕ SC ਪਿਛੜਿਆ ਹੋਇਆ ਏਰੀਆ, ਦਲਿਤ ਏਰੀਆ ਵਾ, ਸ਼ਾਇਦ ਇਹਨਾਂ ਦੇ ਕਰਕੇ ਨਹੀਂ ਅੱਜ ਤੱਕ ਸੁਣਾਈ ਰਹੀ। ਵੋਟਾਂ ਲੈਣ ਵਾਸਤੇ ਸਭ ਤੋਂ ਪਹਿਲਾਂ ਇਹਨਾਂ ਮਹੱਲਿਆਂ ਦੇ ਵਿੱਚ ਆਉਂਦੇ ਆ ਜੀ, ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਨਾਲੇ ਦੇ ਪ੍ਰਤੀ ਕੋਈ ਕਾਰਵਾਈ ਨਹੀਂ ਕੀਤੀ ਜੀ। ਅਤੇ ਵੋਟਾਂ ਵੀ ਦਿੰਦੇ ਤੁਸੀਂ? ਨਹੀਂ ਦੇਵਾਂਗੇ ਸਰ, ਆਉਣ ਵਾਲੇ ਸਮੇਂ 'ਚ ਹਰ ਵਾਰ ਕਹਿੰਦੇ ਤੁਹਾਡੀ। ਪਰ ਨਹੀਂ, ਹੁਣ ਦੇਖੋ ਜੇ ਤਾਂ ਸਾਡਾ ਮਸਲਾ ਹੱਲ ਹੁੰਦਾ ਠੀਕ ਹੈ, ਨਹੀਂ ਤਾਂ ਜਿਹੜਾ ਵੀ ਆਇਆ ਉਹਦਾ ਬਾਈਕਾਟ ਕਰਾਂਗੇ। ਮੌਜੂਦਾ ਸਰਕਾਰ ਆਪ ਦੀ, ਇਸ ਤੋਂ ਪਹਿਲਾਂ ਕਾਂਗਰਸ ਦੀ, ਉਸ ਤੋਂ ਪਹਿਲਾਂ 10 ਸਾਲ ਅਕਾਲੀ ਭਾਜਪਾ ਰਹੇ ਜੀ, ਇਹਨਾਂ ਦੇ ਨੁਮਾਇੰਦੇ ਵੀ ਆਉਂਦੇ ਰਹੇ ਜੀ, ਕਿਸੇ ਨੇ ਸੁਣਵਾਈ ਨਹੀਂ ਕੀਤੀ? ਕਿਸੇ ਨੇ ਸੁਣਵਾਈ ਨਹੀਂ ਸਰ ਅੱਜ ਤੱਕ ਕੀਤੀ ਜੀ। ਔਰ ਇਹ ਨਾਲ ਕਾਫੀ ਸੜਕਾਂ ਲੱਗ ਰਹੀਆਂ, ਇਸ ਨੂੰ ਦੇਖ ਰਹੇ ਹਾਂ ਅਸੀਂ, ਬਾਈਪਾਸ ਹੈ। ਬਿਲਕੁਲ, ਕੀ ਕਹਿਣਾ ਚਾਹੁੰਦੇ ਇਹਦੇ ਉੱਪਰ? ਸਰ ਬਾਈਪਾਸ ਹੈ, ਇਸ ਜਿਹੜੀ ਸਾਨੂੰ ਜਿਹੜੀ ਮੇਨ ਪ੍ਰੋਬਲਮ ਹੈ ਜਿਹੜਾ ਇਹ ਗੰਦਾ ਨਾਲਾ, ਉਹ ਤੋਂ ਹਟ ਗਏ ਆ ਜੀ, ਉਹਦੇ ਨਾਲ ਸਾਡਾ ਇਹਦਾ ਬਾਈਪਾਸ ਦਾ ਇਸ ਨਾਲੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਸਾਡੇ ਬਿਲਕੁਲ ਮੋਢੇ ਆ ਸਰ। ਇੱਥੇ ਮੱਖੀਆਂ, ਮੱਛਰ ਭਰਮਾਰ ਹੋ ਚੁੱਕਿਆ, ਲੋਕੀ ਬਿਮਾਰੀਆਂ ਆਉਣ ਵਾਲੇ ਸਮੇਂ 'ਚ ਮੇਜਰ ਬਿਮਾਰੀਆਂ ਪਹਿਲਾਂ ਵੀ ਫੈਲੀਆਂ ਹੋਈਆਂ, ਹੁਣ ਵੀ ਫੈਲਣ ਦੀ। ਸਾਡੀ ਗਊ ਮਾਤਾ ਵੀ ਇੱਥੇ ਮੈਂ ਦੇਖ ਰਿਹਾ ਜੀ ਕਿ ਕਾਫੀ ਜੋ ਵੀ ਲਿਫਾਫੇ ਸਰ ਆ ਦੇਖੋ, ਜਿੱਦਾਂ ਹੁਣ ਗੰਦ ਪਿਆ ਜੀ, ਗਊ ਮਾਤਾ ਜਿਹੜੀ ਉਹ ਵੀ ਕਹਿਣਾ ਨਹੀਂ ਚਾਹੀਦਾ, ਪਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਾਨਵਰ ਜਿਹੜੇ ਆ ਜਾਂਦੇ ਇੱਥੇ ਲਿਫਾਫੇ ਖਾ ਰਹੇ ਆ। ਬਿਲਕੁਲ ਸਰ, ਬਿਲਕੁਲ ਠੀਕ ਹੈ ਜੀ, ਬੜੀ ਮਾੜੀ ਗੱਲ ਹੈ ਸਰ। ਪਾਪ ਹੀ ਆ, ਪਾਪ ਹੀ ਆ ਜੀ, ਬਿਲਕੁਲ। ਤੁਹਾਡੀ ਹੁਣ ਕੀ ਮੰਗ ਆ? ਸਰ ਸਾਡੀ ਮੰਗ ਇਹੀ ਹੈ ਕਿ ਜਿਹੜਾ ਨਾਲਾ ਵਾ ਇਹਨੂੰ ਕਾਰਪੋਰੇਸ਼ਨ ਸਾਨੂੰ ਜਾਂ ਇਹਨੂੰ ਬੰਦ ਕਰਨ ਦੀ ਪਰਮਿਸ਼ਨ ਦੇਵੇ, ਜਾਂ ਆਪ ਬੰਦ ਕਰੇ ਜੀ ਇਹਨੂੰ, ਇਹ ਨਾਲਾ ਜਿਹੜਾ ਗੰਦਾ ਮੰਦਾ ਟੱਕਿਆ ਜਾਵੇ। ਸਰ ਤੁਹਾਡਾ ਸ਼ੁਭ ਨਾਮ? ਚਰਨਜੀਤ ਹੰਸੀ ਜੀ ਮੇਰਾ ਨਾਮ, ਅਤੇ ਜ਼ਿਲ੍ਹਾ ਪ੍ਰਧਾਨ ਕਮਿਸ਼ਨਰ ਵਾਲਮੀਕੀ ਐਜੂਕੇਸ਼ਨ ਟਰੱਸਟ ਕਪੂਰਥਲਾ ਜੀ। ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਦੱਸਣਾ ਚਾਹੁੰਦਾ ਕਿ ਇਹ ਮੱਲਾ ਹਾਥੀਖਾਨਾ ਵਿਖੇ ਜਿਹੜਾ ਕੀ ਆ, ਲਗਭਗ 30-35 ਸਾਲਾਂ ਤੋਂ ਜਿਹੜਾ ਨਾਲਾ ਆ, ਇਹ ਕਾਫੀ ਸਮੇਂ ਤੋਂ ਗੰਦਾ ਨਾਲਾ ਜਿਹੜਾ ਆ ਬੰਦ ਪਿਆ ਆ, ਪਾਣੀ ਦਾ ਕੋਈ ਨਿਕਾਸ ਨਹੀਂ ਹੋ ਰਿਹਾ ਇੱਥੇ, ਅਤੇ ਜਿਹਦੇ ਨੂੰ ਲੈ ਕੇ ਸਾਰੇ ਸ਼ਹਿਰ ਦਾ ਕੂੜਾ ਕਰਕਟ ਜਿਹੜਾ ਆ ਉਹ ਇੱਥੇ ਸਿੱਟਿਆ ਜਾ ਰਿਹਾ ਆ, ਅਤੇ ਅਸੀਂ ਨਗਰ ਨਿਗਮ ਨੂੰ ਬਹੁਤ ਸਾਰੀ ਗੁਜ਼ਾਰਿਸ਼ ਵੀ ਕੀਤੀ ਆ, DC ਸਾਹਿਬ ਨੂੰ ਵੀ ਕੀਤੀ ਕਪੂਰਥਲੇ ਨੂੰ, ਪਰ ਅੱਜ ਤੱਕ ਜਿਹੜੀ ਆ ਕੋਈ ਸੁਣਵਾਈ ਨਹੀਂ ਹੋਈ ਜੀ ਇੱਥੇ। ਇੱਥੇ ਜਿਹੜੇ ਜਿੰਨੇ ਵੀ ਲੋਕ ਜਿਹੜੇ ਐਸੀ ਭਾਈਚਾਰੇ ਦੇ ਲੋਕ ਰਹਿੰਦੇ ਆ, ਅਤੇ ਜਿਨ੍ਹਾਂ ਦਾ ਮਤਲਬ ਜੀਵਨ ਇਸ ਵੇਲੇ ਬਹੁਤ ਦੁਸ਼ਵਾਰ ਹੋ ਰਿਹਾ ਆ, ਕਿ ਲੋਕ ਬੜੇ ਮਤਲਬ ਬਿਮਾਰੀਆਂ ਤੋਂ ਜਿਹੜੇ ਇਸ ਵੇਲੇ ਪੀੜਿਤ ਹੋਏ ਆ, ਇਹਨੂੰ ਲੈ ਕੇ ਕੂੜੇ ਦੇ ਕਰਕਟ ਨੂੰ ਇੱਥੇ ਦਲਦਲ ਬਣੀ ਹੋਈ ਆ, ਇੱਥੇ ਕਈ ਵਾਰੀ ਐਕਸੀਡੈਂਟ ਵੀ ਹੋ ਚੁੱਕੇ ਆ, ਅਤੇ ਕਈ ਲੋਕ ਜਿਹੜੇ ਆ ਇਹਦੇ ਵਿੱਚ ਡਿੱਗ ਚੁੱਕੇ ਆ, ਅਤੇ ਕੱਢਣੇ ਬਹੁਤ, ਇਹ ਜਿਹੜਾ ਨਾਲਾ ਆ ਗੰਦਾ ਨਾਲਾ ਆ, ਇਹ ਲਗਭਗ ਘੱਟੋ ਘੱਟ 12-13 ਫੁੱਟ ਜਿਹੜਾ ਡੂੰਘਾ ਆ ਜੀ। ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ, ਨਗਰ ਨਿਗਮ ਨੂੰ, ਕਿ ਇਹ ਗੰਦੇ ਨਾਲੇ ਨੂੰ ਪੂਰਿਆ ਜਾਵੇ, ਅਤੇ ਜਿਹੜੀ ਮਿੱਟੀ ਜਿਹੜੀ ਇੱਥੇ ਪਾ ਕੇ ਜਿਹੜਾ ਆ ਉਹਨੂੰ ਪੂਰਤਾ ਜਾਵੇ। ਅਤੇ ਕਿੰਨਾ ਕੁ ਪੁਰਾਣਾ ਨਾਲਾ ਜੀ? ਇਹ ਲਗਭਗ ਅਸੀਂ ਜਿਹੜੇ ਦੇਖ ਰਹੇ ਹਾਂ ਜੀ 30-35 ਸਾਲਾਂ ਦੇਖ ਰਹੇ ਹਾਂ ਜੀ। ਅੱਛਾ, ਇਹ ਪੁਰਾਣਾ ਵਿਰਾਸਤੀ ਆ ਜਾਂ ਕਿ ਸਰਕਾਰ ਵੱਲੋਂ ਬਣਾਇਆ ਗਿਆ ਸੀਗਾ? ਇਹ ਵਿਰਾਸਤੀ ਨਹੀਂ, ਸਰਕਾਰ ਵੱਲੋਂ ਬਣਾਇਆ ਗਿਆ ਸੀਗਾ ਜੀ ਨਾਲਾ। ਜੀ ਜੀ ਜੀ। ਪਿਛਲਾ ਪਾਣੀ ਕਿੱਦਾਂ ਆ ਰਿਹਾ, ਜੋ ਵੀ ਗੰਦਾ ਪਾਣੀ? ਨਹੀਂ, ਪਿਛਲਾ ਪਾਣੀ ਨਹੀਂ ਆ ਰਿਹਾ ਜੀ, ਇਹ ਜਦੋਂ ਬਾਰਿਸ਼ ਪੈਂਦੀ ਆ, ਬਾਰਿਸ਼ ਦਾ ਜਿਹੜਾ ਗੰਦਾ ਪਾਣੀ ਜਿਹੜਾ ਹੈ ਨਾ, ਬਾਰਿਸ਼ ਦਾ ਜਦੋਂ ਆਉਂਦੀ ਹੈ ਤੇ ਉਹ ਦਲਦਲ ਦਾ ਰੂਪ ਧਾਰਨ ਕਰ ਲੈਂਦੀ ਹੈ ਜੀ। ਜੀ ਜੀ। ਪਰ ਸਮੇਂ-ਸਮੇਂ ਦੀ ਸਰਕਾਰਾਂ ਨੇ ਬਹੁਤ ਕੁਝ ਕਿਹਾ ਕਿ ਇੱਥੇ ਕਪੂਰਥਲੇ ਦਾ ਜਿਹੜੇ SC ਵਾਰਡ ਆ ਉਹਨੇ ਬੜਾ ਹੀ ਵਿਕਾਸ ਹੋਇਆ, ਡਿਵੈਲਪਮੈਂਟ ਹੋਈ ਆ, ਤੁਹਾਡਾ ਇਸ ਬਾਰੇ ਕੀ ਕਹਿਣਾ ਫਿਰ? ਡਿਵੈਲਪਮੈਂਟ ਦੇਖ ਲਓ ਜੀ, ਡਿਵੈਲਪਮੈਂਟ ਕਿੰਨੀ ਹੋਈ ਆ ਸਾਡੇ ਮੁਹੱਲਿਆਂ 'ਚ, ਕਿਉਂਕਿ ਗੱਲ ਹੈ ਕਿ ਜਦੋਂ ਵੀ ਇੱਥੇ
ਹੈਗਾ ਉੱਥੇ ਵੀ ਜਿਹੜਾ ਕੂੜਾ ਢੇਰ ਲਗਾਏ ਗਏ ਆ ਐਸੀ ਕਮਿਸ਼ਨ ਨੂੰ ਵੀ ਗੁਹਾਰ ਲਗਾਈ ਪਿਛਲੇ ਵਾਰੀ ਅਸੀਂ ਉਹ ਕੂੜਾ ਜਿਹੜਾ ਹੁਣ ਚੱਕਣ ਲਈ ਤਾਂ ਕਿੱਥੇ ਕਿੱਥੇ ਆਪਣੀਆਂ ਕੰਪਲੇਂਟਾਂ ਦੇ ਚੁੱਕੇ ਹੋ ਇਹ ਡੀਸੀ ਸਾਹਿਬ ਨੂੰ ਦੇ ਚੁੱਕੇ ਹਾਂ ਜੀ ਨਗਰ ਨਿਗਮ ਨੂੰ ਦੇ ਚੁੱਕੇ ਹਾਂ ਜੀ ਬਹੁਤ ਸਾਰੀ ਕਿਉਂ ਨਹੀਂ ਕਾਰਵਾਈ ਹੋ ਰਹੀ ਕੀ ਗੱਲ ਆ ਇਹ ਕਿਉਂਕਿ ਇਹ ਦਲਿਤ ਮਹੱਲਾ ਜੀ ਦਲਿਤ ਮਹੱਲੇ ਨੂੰ ਕੌਣ ਪਸੰਦ ਕਰਦਾ ਜੀ ਨਾ ਦਲਿਤ ਮਹੱਲੇ ਨੂੰ ਸਿਰਫ ਇਹ ਜਾਣ ਬੁੱਝ ਕੇ ਸਰਕਾਰਾਂ ਜਿਹੜੀਆਂ ਆ ਉਹ ਸਾਡੇ ਲੋਕਾਂ ਦੇ ਮਹੱਲੇ 'ਚ ਕੂੜਾ ਸਿੱਟਦੀਆਂ ਕਿ ਲੋਕ ਜਿਹੜੇ ਸਮਾਗ ਖੋਖਲਾ ਹੋਵੇ ਜੀ ਪਰ ਹਲਕਾ ਵਿਧਾਇਕ ਦਾ ਕਹਿਣਾ ਕਿ ਮੈਂ ਐਸੀ ਵਾਰਡਾਂ ਦੀ ਬੜੀ ਵਿਕਾਸ ਕਰਾਏ ਆ ਬੜੀ ਸੇਵਾ ਕੀਤੀ ਆ ਉਹਨਾਂ ਦੇ ਵਿੱਚ ਐਮਸੀ ਵੀ ਖੜੇ ਆ ਤੁਹਾਡੀ ਪਤਨੀ ਵੀ ਐਮਸੀ ਆ ਤੇ ਕਿਉਂ ਨਹੀਂ ਡਿਵੈਲਪਮੈਂਟ ਹੋ ਰਹੀ ਡਿਵੈਲਪਮੈਂਟ ਹੋ ਰਹੀ ਆ ਤੁਸੀਂ ਕਮੇਟੀ 'ਚ ਵੀ ਰਹੇ ਹੋ ਹੁਣ ਨਗਰ ਨਿਗਮ ਬਣ ਗਈ ਆ ਹੁਣ ਵੀ ਤੁਹਾਡੇ ਨੁਮਾਇੰਦੇ ਆ ਜਾਂ ਐਮਸੀਆਂ ਦੇ ਕਰੀਬ ਤੁਹਾਡਾ ਬਹੁਮਤ ਆ ਫਿਰ ਵੀ ਸੁਣਵਾਈ ਕਿਉਂ ਨਹੀਂ ਹੋ ਰਹੀ ਜਿਹੜੀ ਮਰਜ਼ੀ ਸਰਕਾਰ ਆ ਜਾਵੇ ਜੀ ਬਹੁਤ ਇਸ ਤੋਂ ਪਹਿਲਾਂ ਸਰਕਾਰਾਂ ਵੀ ਰਹੀਆਂ ਕਾਂਗਰਸ ਤੋਂ ਪਹਿਲੇ ਵੀ ਸਰਕਾਰਾਂ ਰਹੀਆਂ ਉਹਨਾਂ ਨੂੰ ਗਾਲ ਲਗਾਈ ਆ ਜੀ ਕੋਈ ਵੀ ਸਰਕਾਰ ਜਿਹੜੀ ਦਲਤਾਂ ਨੂੰ ਦੇਖ ਕੇ ਰਾਜੀ ਨਹੀਂ ਹੈ ਜੀ ਸਰ ਤੁਹਾਡਾ ਸ਼ੁਭ ਨਾਮ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਔਰ ਮੈਂ ਵਾਈਸ ਪ੍ਰਧਾਨ ਬਲਾਕ ਕਾਂਗਰਸ ਤੋਂ ਹਾਂ ਔਰ ਮੇਰੀ ਵਾਈਫ ਜੋ 47 ਨੰਬਰ ਵਾਰਡ ਤੋਂ ਕੌਂਸਲਰ ਨੇ ਜੀ ਇੱਥੇ ਸਾਰੇ ਐਮਸੀਆਂ ਦੇ ਜਿੰਨੇ ਵੀ ਵਾਈਫਸ ਹੈਗੀਆਂ ਜੋ ਵੀ ਆ ਐਮਸੀ ਹੈਗੇ ਨੇ ਫਿਰ ਵੀ ਇੰਨਾ ਬੁਰਾ ਹਾਲ ਇੱਥੇ ਕਿਉਂ ਨਹੀਂ ਸੁਣਵਾਈ ਹੋ ਰਹੀ ਦਲਿਤ ਮਹੱਲਿਆਂ ਦੀ ਐਸੀ ਵਾਰਡਾਂ ਦੀ ਇੱਥੇ ਵਿਕਾਸ ਨਹੀਂ ਹੋ ਰਿਹਾ ਦੇਖੋ ਜੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਮੁਹੱਲੇ ਤੌਰ 'ਤੇ ਦੇਖਾਂਗੇ ਤਾਂ ਵਿਕਾਸ ਕੀਤੇ ਗਏ ਆ ਜੇ ਇਸ ਚੀਜ਼ ਦੇ ਬਾਰੇ ਗੱਲ ਕਰੀਏ ਇਸ ਏਰੀਏ ਦੇ ਬਾਰੇ ਤਾਂ ਮੈਂ ਬਿਲਕੁਲ ਕਹੂੰਗਾ ਕਿ ਬਹੁਤ ਜ਼ਿਆਦਾ ਪਿੱਛੇ ਹੈ ਇਹ ਬਹੁਤ ਲੰਬੇ ਸਮੇਂ ਤੋਂ ਇੱਥੇ ਡਿਮਾਂਡਸ ਹੈਗੀ ਕਿ ਇਸ ਨਾਲੇ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਹ ਨਾਲਾ ਹੈ ਤਾਂ ਬਹੁਤ ਪੁਰਾਣਾ ਵਾ ਲੇਕਿਨ ਇਹਦੇ ਵਿੱਚ ਗੰਦ ਇੰਨਾ ਕੁ ਹੈਗਾ ਕਿ ਇਹਨੂੰ ਕਦੀ ਸਫਾਈ ਵੀ ਨਹੀਂ ਹੋਈ ਜਦੋਂ ਬਾਰਿਸ਼ ਆਉਂਦੀ ਹੈ ਦਲਦਾ ਦਾ ਰੂਪ ਧਾਰਨ ਕਰ ਲੈਂਦਾ ਦੋ ਤਰੀਕੇ ਜਾਂ ਤਾਂ ਬੰਦ ਕੀਤਾ ਜਾਵੇ ਜਾਂ ਉਹਨੂੰ ਸਫਾਈ ਕੀਤੀ ਬਿਲਕੁਲ ਬਿਲਕੁਲ ਬੰਦ ਕਰਨ 'ਚ ਅਸੀਂ ਸਮਝਦੇ ਕਾਫੀ ਗ੍ਰਾਂਟ ਚਾਹੀਦੀ ਹੈ ਖਰਚਾ ਚਾਹੀਦਾ ਸਫਾਈ ਤਾਂ ਹੋ ਸਕਦੀ ਹੈ ਉਹ 'ਚ ਕੋਈ ਗ੍ਰਾਂਟ ਨਹੀਂ ਚਾਹੀਦੀ ਬਿਲਕੁਲ ਮੈਂ ਇਹ ਕਹੂੰਗਾ ਹੁਣ ਤਾਂ ਬੰਦ ਹੀ ਪਿਆ ਕਿਉਂਕਿ ਜਿਹੜਾ ਪਿਛਲਾ ਪਾਣੀ ਉਹ ਮੇਰੇ ਖਿਆਲ ਨਾਲ ਜੇ ਦੇਖਿਆ ਜਾਏ ਤਾਂ ਆ ਹੀ ਨਹੀਂ ਰਿਹਾ ਅੱਗੇ ਕਿਉਂਕਿ ਨਗਰ ਨਿਗਮ ਵਿੱਚ ਤੁਹਾਡੇ 50 ਦੇ ਕਰੀਬ ਐਮਸੀ ਨੇ ਬਹੁਤ ਤੁਹਾਡੇ ਕੋਲ ਆ ਜੀ ਫਿਰ ਵੀ ਤੁਸੀਂ ਕੰਮ ਨਹੀਂ ਕਰਵਾ ਸਕਦੇ ਨਹੀਂ ਕਿਉਂ ਕੰਮ ਹੋਊਗਾ ਬਕਾਇਦਾ ਇਸ ਚੀਜ਼ ਦੀ ਅਸੀਂ ਮੰਗ ਕਰਾਂਗੇ ਔਰ ਜ਼ੋਰਦਾਰ ਮੰਗ ਕਰਾਂਗੇ ਕਿਉਂ ਨਹੀਂ ਹੋਊਗਾ ਇਕੱਲਾ ਮੰਗਾਂ ਹੀ ਕਰੀ ਜਾਣੀ ਹੈ ਮੰਗਾਂ ਨਹੀਂ ਐਕਸ਼ਨ ਕਰਵਾਵਾਂਗੇ ਆਪਾਂ ਅਗਰ ਨਹੀਂ ਹੋਊਗਾ ਤਾਂ ਹਲਕਾ ਵਿਧਾਇਕ ਤੱਕ ਤੁਸੀਂ ਗੱਲ ਪਹੁੰਚਾਈਏ ਰਾਣਾ ਗੁਰਜੀਤ ਸਿੰਘ ਬਿਲਕੁਲ ਉਸ ਬਾਰੇ ਅਗਰ ਨਹੀਂ ਪਹੁੰਚੀ ਤਾਂ ਅਸੀਂ ਜ਼ਰੂਰ ਪਹੁੰਚਾਵਾਂਗੇ ਮੈਂ ਕਿਉਂਕਿ ਇਸ ਵਾਰਡ ਦੇ ਜਿਹੜੇ ਸਾਡੇ ਕੌਂਸਲਰ ਨੇ ਉਸ ਨਾਲ ਇੱਕ ਵਾਰ ਡਿਸਕਸ਼ਨ ਕਰਾਂਗੇ ਕਿ ਕਿਉਂ ਅਗਰ ਪਹੁੰਚਾਈ ਹੈ ਤਾਂ ਦੱਸੋ ਸਾਨੂੰ ਅਗਰ ਨਹੀਂ ਪਹੁੰਚਾਈ ਤਾਂ ਆਪਾਂ ਇਸ ਵਾਰ ਰਾਣਾ ਜੀ ਨਾਲ ਬੈਠ ਗਏ ਬੜੀ ਹੈਰਾਨਗੀ ਦੀ ਗੱਲ ਆ ਦੁਨੀਆ ਕਿਤੇ ਚੰਦ ਤੇ ਪਹੁੰਚ ਗਈ ਆ ਅੱਜ ਵੀ ਲੋਕ ਜਾਨਵਰਾਂ ਵਾਂਗੂ ਜ਼ਿੰਦਗੀ ਬਤੀਤ ਕਰ ਰਹੇ ਨੇ ਗੰਦਗੀ 'ਚ ਰਹਿ ਰਹੇ ਨੇ ਹੁਣ ਇੱਕ ਭਾਈ ਸਾਹਿਬ ਨੇ ਕਿਹਾ ਕਿ ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਡਿੱਗਾ ਵਾਂ ਹਾਂ ਮੈਂ ਹੁਣੇ ਅਜੇ ਡਿੱਗਿਆ ਜੀ ਸਾਈਡ ਲੱਗੀ ਆ ਆਹ ਮੈਂ ਥੱਲੇ ਡਿੱਪਿਆ ਆ ਦੇਖੋ ਲਿਬੜਿਆ ਮੈਂ ਆਹ ਦੇਖੋ ਵਿਦਿਆਲ ਅੱਛਾ ਲੋਕਾਂ ਦਾ ਕਹਿਣਾ ਕਈ ਜਾਨਵਰ ਵੀ ਡਿੱਗਦੇ ਆ ਜਿਨ੍ਹਾਂ ਨੂੰ ਜੇਸੀਬੀ ਤੋਂ ਕੱਢਿਆ ਜਾਂਦਾ ਬਿਲਕੁਲ ਬਿਲਕੁਲ ਮੈਂ ਇਸ ਚੀਜ਼ ਨੂੰ ਦੇਖਿਆ ਜੀ ਕਿਉਂਕਿ ਸਾਡੇ ਭਾਈ ਸਾਹਿਬ ਹੈਗੇ ਲਾਗੇ ਇਹ ਜੇਸੀਬੀ ਲੈ ਕੇ ਆਉਂਦੇ ਨੇ ਔਰ ਜੋ ਪਸ਼ੂ ਡਿੱਗਿਆ ਹੁੰਦਾ ਉਹਨੂੰ ਬਾਹਰ ਕੱਢਦੇ ਨੇ ਸੇਵਾ ਵੀ ਕਰਦੇ ਆ ਇੱਕ ਤਰ੍ਹਾਂ ਦੀ ਸੇਵਾ ਇਹਨਾਂ ਦੀ ਇਹਨਾਂ ਦਾ ਕੁਲਦੀਪ ਸਿੰਘ ਆ ਜੀ ਔਰ ਇੱਥੇ ਪਹਿਲੇ ਕੋਈ ਬਾਥਰੂਮ ਵੀ ਬਣਾਇਆ ਗਿਆ ਸੀਗਾ ਕੁਛ ਤਾਂ ਬਿਲਕੁਲ ਬਹੁਤ ਲੰਬੇ ਸਮੇਂ ਪਹਿਲਾਂ ਇਹ ਕੁਛ ਆਸ਼ਰਮ ਵਾਸਤੇ ਜਿਹੜੇ ਇੱਥੋਂ ਦੇ ਪਬਲਿਕ ਟਾਇਲਟ ਬਣਵਾਏ ਗਏ ਸੀ ਕਿਉਂਕਿ ਉਸ ਟਾਈਮ ਇਹ ਚੱਲਦਾ ਸੀ ਕੁਛ ਨਾਲਾ ਇਹ ਜੀ ਤੇ ਹੁਣ ਜਿਹੜੀ ਸਪਲਾਈ ਆ ਪਿੱਛੋਂ ਤੋਂ ਬੰਦ ਹੈਗੀ ਆ ਫਿਰ ਜਿਹੜਾ ਪਾਣੀ ਕਿੱਥੋਂ ਆ ਰਿਹਾ ਵੱਡੇ ਨਾਲ 'ਚ ਪੈ ਗਿਆ ਇਹ ਜਿਹੜਾ ਪਿੱਛੋਂ ਆ ਰਿਹਾ ਸੀ ਪਾਣੀ ਮੈਂ ਜਦੋਂ ਪਤਾ ਕੀਤਾ ਇਸ ਬਾਰੇ ਤੇ ਪਤਾ ਲੱਗਾ ਕਿ ਇਹ ਜਿਹੜਾ ਪਾਣੀ ਆ ਸਾਰਾ ਗੁੰਮ ਨਾਲੇ ਦੇ ਵਿੱਚ ਪਾ ਦਿੱਤਾ ਗਿਆ ਹੈ ਗੁੰਮ ਨਾਲਾ ਪੁਰਾਣਾ ਬਹੁਤ ਰਾਜੇ ਟਾਈਮ ਤੋਂ ਕਹਿੰਦੇ ਚੱਲਦਾ ਆ ਰਿਹਾ ਜੀ ਬਹੁਤ ਵੱਡਾ ਨਾਲਾ ਹੈ ਉਹਦੇ 'ਚ ਪਾ ਦਿੱਤਾ ਗਿਆ ਕਿੰਨਾ ਵੱਡਾ ਅਪਰੋਕਸੀਮੇਟ ਕਹਿਣ ਅਨੁਸਾਰ ਮੈਂ ਦੇਖਿਆ ਨਹੀਂ ਬਟ ਇਹ ਹੈ ਕਿ ਕਹਿੰਦੇ ਕਾਫੀ ਉੱਚਾ ਜਿਹਦੇ ਵਿੱਚ 14-15 ਫੁੱਟ ਉੱਚਾ ਹੋਏਗਾ ਅੱਛਾ ਜੀ ਹਰੀਸ਼ ਕੁਮਾਰ ਐਮ ਸੀ ਵਾਰਡ ਨੰਬਰ 48 ਮੁਲਾਥੀ ਕਲਾਂ ਔਰ ਸਰ ਇਹਦੀ ਬੜੀ ਸਮੱਸਿਆ ਹੈ ਇਸ ਟਾਈਮ ਨਾਲੇ ਦੀ ਕੀ ਕਹਿਣਾ ਚਾਹੁੰਦੇ ਹੋ ਇਹ ਕੂੜੇ ਦੀ ਬਹੁਤ ਸਮੱਸਿਆ ਹੈ ਨਾਲੇ ਦੀ ਜੀ ਇੱਥੇ ਕੂੜਾ ਕਰਕਟ ਬਹੁਤ ਆ ਜੋ ਕਾਰਪੋਰੇਸ਼ਨ ਵੱਲੋਂ ਚੱਕਿਆ ਹੀ ਨਹੀਂ ਜਾ ਰਿਹਾ ਜੀ ਲਗਭਗ 6 ਮਹੀਨੇ ਤੋਂ ਨਹੀਂ ਚੱਕਿਆ ਜਾ ਰਿਹਾ ਜੀ ਤੇ ਕੂੜਾ ਪੈ ਕੇ ਬਿਲਕੁਲ ਜਿਹੜਾ ਗੰਦਾ ਨਾਲਾ ਉਹ ਬੰਦ ਹੋ ਚੁੱਕਾ ਤੇ ਨਿਹਰਾ ਬੋ ਮਾਰਦਾ ਬਿਮਾਰੀਆਂ ਦਾ ਘਰ ਬਣਿਆ ਪਿਆ ਇੱਥੇ ਕੋਈ ਮੌਤਾਂ ਵੀ ਹੋਈਆਂ ਹਾਂਜੀ ਹਾਂਜੀ ਲਗਭਗ 1 ਸਾਲ ਪਹਿਲਾਂ ਇੱਥੇ 2 ਕੁੜੀਆਂ ਸੀ ਜਿਹੜੀਆਂ ਨਾਲ 'ਚੋਂ ਡਿੱਗ ਕੇ ਮਰ ਗਈਆਂ ਐਕਸੀਡੈਂਟ 'ਚ ਤੇ ਇੱਕ ਆਦਮੀ ਸੀ ਜਿਹਦੀ ਮੌਤ ਹੋ ਗਈ ਜੀ ਔਰ ਤੁਸੀਂ ਕੋਈ ਆਪਣੇ ਵੱਲੋਂ ਵੀ ਕੋਈ ਖਰਚਾ ਕਰਕੇ ਕਰਨਾ ਚਾਹੁੰਦੇ ਅਸੀਂ ਪਾਣੀ ਜਾਂ ਕਾਰਪੋਰੇਸ਼ਨ ਜਾਇਜ਼ ਦੇਵੇ ਜਾਂ ਅਸੀਂ ਆਪਣੇ ਵੱਲੋਂ ਅਸੀਂ ਲਗਭਗ 6 ਮਹੀਨੇ ਪਹਿਲਾਂ ਅਸੀਂ ਬਿਲਕੁਲ ਸਾਫ਼ ਸਫਾਈ ਕਰਾਤੀ ਸੀ ਇਹਦੇ ਆਪਣੇ ਕੋਲੋਂ ਕੋਲੋਂ ਪੈਸੇ ਲਾ ਕੇ ਕੋਲੋਂ ਟਰੈਕਟਰ ਲਾ ਕੇ ਕੋਲੋਂ JCB ਦਾ ਖਰਚਾ ਸਾਰਾ ਕੁਛ ਕਰਕੇ ਜੀ ਜੀ ਅਤੇ ਲੋਕਾਂ ਨੇ ਫਿਰ ਉੱਥੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਪਾਸਪੋਰਟ ਦੇ ਵਾਰਡ ਵਾਲੇ ਅੱਧੀ ਰਾਤ ਨੂੰ ਉੱਥੇ ਕੂੜਾ ਸੁੱਟ ਜਾਂਦੇ ਆ ਜੋ ਕਿ ਕਾਰਪੋਰੇਸ਼ਨ ਵੱਲੋਂ ਚੱਕਿਆ ਨਹੀਂ ਜਾ ਰਿਹਾ ਜੀ ਜੀ ਕਿਆ ਨਾਮ ਆ ਸਰ ਆਪਕਾ ਮੈਂ ਨਿਰੰਜਨ ਮਾਤਾ ਹੂੰ ਮੈਂ ਗੰਗਾ ਨਿਰਮਲਾ ਕੁਸ਼ਟ ਆਸ਼ਰਮ ਮੈਂ ਰਹਿਤਾ ਹੂੰ ਯਹਾਂ ਕਾ ਨਿਵਾਸੀ ਹੂੰ ਮੇਰਾ ਕਰੀਬ 35 ਸਾਲ ਸੇ ਉੱਪਰ ਹੋ ਗਿਆ ਇਸ ਜਗ੍ਹਾ ਪੇ ਕਿਤਨੀ ਆਬਾਦੀ ਹੈ ਆਪਕੇ ਅੰਦਰ ਆਸ਼ਰਮ ਆਪਣੇ ਆਸ਼ਰਮ ਮੈਂ 100 ਬੰਦੇ ਕੀ ਆਬਾਦੀ ਹੈ
वो नाले में भी गिर जाते हैं कभी, उधर से डबल जब गाड़ी आती है तो लाइट भी नहीं दिखता, तो फिर अपना बंदा। तो आप पैदल जाते हैं? आप नहीं, पैदल भी जाते हैं, रेडी भी ले जाते हैं। कितना गहरा है? गहरा है तो वो करीब करीब 6-7 फुट तो हो गए होगा। दलदल है? दलदल तो 5 फुट तक करीब होगा दलदल। अगर गिर जाए कोई बंदा? गिर जाए तो फिर वो तो निकालना मुश्किल है उसको, फिर तो निकालने के लिए। कितने समय से समस्या से आप जूझ रहे हो? समस्या जब से नाला बंद हो गया तब से तो समस्या ही है। कितना टाइम हुआ नाला बंद हुए? करीब नाला बंद हो गया 4-5 साल तो हो ही गया। 4-5 साल से बंद? हाँ जी। तो मैं यही आपसे विनती है कि इस नाला को बंद किया जाए और हमारी रोड थोड़ा चौड़ी हो जाए तो रोड में लाइट। बाकी एक समस्या और है कि जब हम उधर से वापस आते हैं तो हमारे रोड छोटा होने के कारण कोई लूटपाट वाले बंदे भी होते हैं जो हमें नाले के अंदर रेडी के धकल देते हैं और हमें भी धक्का लगा के हमेशा लूटपाट कर लेते हैं। आपके आश्रम में तो बड़े बड़े अफसर भी आते हैं, नेता लोग भी आते हैं, आपको समस्या नहीं? हमने बहुत बार बोले हैं लेकिन किसी ने सुनवाई नहीं किया इस विषय में। क्या करते हैं आकर यहाँ? बस आने का टाइम इलेक्शन का टाइम आते हैं, बस वोट लेके चले जाते हैं, हो जाएगा हो जाएगा। समस्या जो होगी बस समस्या बस सुन के ही जाते हैं। यानी कि अपने जो गंदे ग्रह हैं यहाँ पर उतार जाते हैं दान देकर, तो आपकी समस्या हल नहीं करते? ना जी, हल कहाँ करता कोई। हाल होता तो देने के लिए आते हैं, हाल होता तो फिर ये समस्या रहना नहीं था। क्योंकि बोला दान ना दे तो समस्या हल ही नहीं हो सकती है। सरकार के तरफ से केवल भाषण का सुनने को मिलता है, बस वो अपनी समस्या हल कर लेते हैं, दान देकर आपकी समस्या नहीं हल करते। नहीं, वो तो केवल अपने ही ग्रह उतारने के लिए, कुछ भी उनके घर की परेशानी वो करने के लिए आ जाते हैं। बाकी जो दान दे रहे हैं उसे संस्था चलती होती है, आदि वो दान। सर हुण जिमनी चोणां चल रही जलंधर विच, इस टाइम अपने कपूरथला दे भी कांग्रेसी जिन्ने भी लीडर आ गए आ सारे जने इकजुट हो गए, उत्थे नठबाजी कर रहे ने। तां लगदा नहीं कि तुहाडे कोल अपना इत्थे नहीं अपना एरिया संभालिया गया? नहीं, इत्थे तां असीं दिन रात ही लगे पिया जी वार्ड च। हुण साडी इत्थे कारपोरेशन दे विच मेयर हैगी आ, पर सरकार जिहड़े कमिश्नर मैडम साडी गल नहीं मानदे जी बिल्कुल। क्यों नहीं मानदे? असीं काफ़ी वार उहनां नूं लिख के दित्ता पिया वा वी साडी इह समस्या वा, वार्ड दे 20-25 बंदे असीं इकट्ठे हो के वी गए आ, पर ओहदे वल कोई ध्यान नहीं दिता जांदा, टाल मटोल कीता जा रहा साडा। ते राणा गुरजीत सिंह जी की कहंदे आ? हाँ जी, राणा गुरजीत सिंह जी की कहंदे आ, तुसीं उहनां नाल गल कीती, उहनां दा ध्यान नहीं जांदी गल? हाँ जी, हाँ जी, उहनां ने मेयर मैडम नूं कहा पिया इस बारे जी।